ਗੁਰੂ ਸਾਹਿਬ ਨੇ ਕਿਹਾ ਸੀ ਬਿਰਕੇ ਹੇਠ ਸਭੇ ਜੰਤ ਇਕੱਠੇ। ਸੋ ਦੋਸਤੋ, ਜਿਹੜੇ ਰੁੱਖ ਨੇ ਸਾਡੇ ਲਈ ਬੜੀ ਅਹਿਮੀਅਤ ਰੱਖਦੇ ਨੇ। ਜਿਸ ਰੁੱਖ ਦੀ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ, ਇਹਨੂੰ ਪੈਗੋਡਾ ਕਿਹਾ ਜਾਂਦਾ, ਟੈਂਪਲ ਟ੍ਰੀ ਕਿਹਾ ਜਾਂਦਾ, ਚੰਪਾ ਕਿਹਾ ਜਾਂਦਾ, ਟ੍ਰੀ ਆਫ ਲਾਈਫ ਕਿਹਾ ਜਾਂਦਾ। ਸੋ ਇਹ ਕਾਫੀ ਜਿਹੜੇ ਨਾਵਾਂ ਨਾਲ ਮਸ਼ਹੂਰ ਰੁੱਖ ਆ, ਔਰ ਕੁਛ ਲੋਕ ਨਰਸਰੀ ਵਾਲੇ ਰੁੱਖ ਇਹਨੂੰ ਗੁਲਾਚੀਨ ਵੀ ਕਹਿੰਦੇ ਆ। ਟੈਂਪਲ ਟ੍ਰੀ ਬੇਸਿਕਲੀ ਕੀ ਹੈ, ਇਹਦੇ ਜਿੱਦਾਂ ਤੁਸੀਂ ਦੇਖ ਰਹੇ ਹੋ ਕਿੰਨੇ ਖੂਬਸੂਰਤ ਫੁੱਲ ਨੇ, ਹਿੰਦੂ ਮੰਦਰਾਂ ਦੇ ਵਿੱਚ ਸਦੀਆਂ ਤੋਂ ਇਹ ਜਿਹੜਾ ਰੁੱਖ ਹੈ ਇਹ ਉਗਾਇਆ ਜਾ ਰਿਹਾ। ਔਰ ਇਕੱਲੇ ਹਿੰਦੂ ਧਰਮ ਨਾਲ ਸੰਬੰਧਿਤ ਨਹੀਂ, ਜਿੰਨੇ ਵੀ ਗੁਰੂ ਨੂੰ ਸਮਰਪਿਤ ਕਰਦੇ ਆ ਫੁੱਲ, ਤਾਂ ਉੱਥੇ ਇਹ ਫੁੱਲ ਜਿਹੜੇ ਹੈਗੇ ਆ ਅਰਪਣ ਕੀਤੇ ਜਾਂਦੇ। ਬੜੇ ਖੂਬਸੂਰਤ ਫੁੱਲ ਨੇ ਇਹਦੇ, ਔਰ ਇਹਨਾਂ ਦੇ ਵਿੱਚ ਹਲਕੀ ਮਹਿਕ ਵੀ ਮਹਿਸੂਸ ਕੀਤੀ ਜਾਂਦੀ ਆ। ਸਾਡੇ ਵਾਤਾਵਰਨ ਦੇ ਵਿੱਚ ਬਹੁਤ ਘੱਟ ਅਜਿਹੇ ਰੁੱਖ ਨੇ ਜਿਨ੍ਹਾਂ ਨੂੰ ਫੁੱਲ ਪੈਣ ਦਾ ਸਮਾਂ ਬਹੁਤ ਜ਼ਿਆਦਾ, ਇਹ ਘੱਟੋ ਘੱਟ 8-10 ਮਹੀਨੇ ਇਹਦੇ 'ਤੇ ਸਾਨੂੰ ਫੁੱਲ ਦਿਖਦੇ ਆ। ਸੋ ਫੁੱਲਾਂ ਦਾ ਜਿਹੜਾ ਝਸ ਪੂਰਾ ਕਰਨ ਲਈ ਇਹ ਬੜਾ ਬਿਹਤਰੀਨ ਰੁੱਖ ਆ। ਇਹਨੂੰ ਵੱਡ ਅਕਾਰੀ ਹੋ ਜਾਣ 'ਤੇ, ਜਿਹੜਾ ਰੁੱਖ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਸ ਤੋਂ ਵੀ ਵੱਡਾ, ਜੇ ਮੰਨ ਲਓ 15-20 ਫੁੱਟ ਦਾ ਵੀ ਰੁੱਖ ਹੈਗਾ, ਮਤਲਬ ਰੁੱਖ ਚਾਹੇ 10 ਸਾਲ ਦਾ ਵੀ ਹੋ ਗਿਆ, 15 ਸਾਲ ਦਾ ਵੀ ਹੋ ਗਿਆ, ਤਾਂ ਇਹ ਰੁੱਖ ਬਰਸਾਤ ਦੀ ਰੁੱਤ ਦੇ ਵਿੱਚ ਜੇ ਸਹੀ ਤਰੀਕੇ ਨਾਲ ਟ੍ਰਾਂਸਪਲਾਂਟ ਕੀਤਾ ਜਾਵੇ ਤਾਂ ਬੜੇ ਈਜ਼ਲੀ ਜਿਹੜਾ ਹੈਗਾ ਇਹ ਅਸੀਂ ਸ਼ਿਫਟ ਕਰ ਸਕਦੇ ਹਾਂ। ਜਦੋਂ ਅਸੀਂ ਇਹਨੂੰ ਤੋੜਦੇ ਹਾਂ ਤਾਂ ਵਿੱਚ ਦੁੱਧ ਜਾਂ ਤਰਲ ਜਿਹੜਾ ਹੈ ਕਿ ਨਿਕਲਦਾ, ਉਹ ਸਕਿਨ ਡਿਜ਼ੀਜ਼ ਦੇ ਜਿਹੜਾ ਸਾਨੂੰ ਕਿਓਰ ਕਰਨ ਲਈ ਕੰਮ ਆਉਂਦਾ। ਇੱਕ ਚੀਜ਼ ਜਿਹੜੀ ਤੁਸੀਂ ਦੇਖਿਓ ਕਿ ਇਹਦੇ ਜਿਹੜੇ ਫੁੱਲ ਨੇ ਇਹ ਸਫੇਦ ਕਲਰ ਦੇ ਨੇ, ਅਤੇ ਇਹਦਾ ਜਿਹੜਾ ਪੱਤਾ ਹੈਗਾ ਇਹ ਇੱਦਾਂ ਆਬਾਦ ਉੱਪਰ ਜਾ ਕੇ ਗਲਾਈ ਦੇ ਵਿੱਚ ਆ। ਤਾਂ ਜਿਹੜੇ ਦੂਸਰੇ ਕਿਸਮਾਂ ਨੇ ਉਹਨਾਂ 'ਚ ਥੋੜ੍ਹਾ ਡਿਫਰੈਂਸ ਹੈਗਾ, ਉਹ ਆਪਾਂ ਜਿਹੜਾ ਦੂਸਰੇ ਰੁੱਖ ਕੋਲ ਚੱਲਦੇ ਹਾਂ ਤਾਂ ਫਿਰ ਇਹਦੇ ਬਾਬਤ ਗੱਲ ਕਰਦੇ ਹਾਂ। ਉਸ ਤੋਂ ਜਿੱਦਾਂ ਆਪਾਂ ਪਹਿਲੇ ਰੁੱਖ ਕੋਲ ਖੜ੍ਹੇ ਸੀਗੇ ਜਿਹੜਾ ਮੈਂ ਦੱਸਿਆ ਸੀ ਜਿਹਨੂੰ ਟੈਂਪਲ ਟ੍ਰੀ ਕਹਿੰਦੇ ਆ, ਤਾਂ ਜਿਸ ਰੁੱਖ ਦੇ ਕੋਲ ਹੁਣ ਮੈਂ ਖੜ੍ਹਾ ਇਹ ਵੀ ਟੈਂਪਲ ਟ੍ਰੀ ਆ। ਪਹਿਲਾ ਰੁੱਖ ਦਾ ਤੁਸੀਂ ਦੇਖਿਆ ਕਿ ਪੱਤਾ ਉੱਪਰੋਂ ਗੋਲ ਹੈ, ਫਲਾਰ ਬਿਲਕੁਲ ਸਫੇਦ ਰੰਗ ਦਾ। ਆ ਦੋਨੇ ਮੈਂ ਤੁਹਾਨੂੰ ਦਿਖਾ ਰਿਹਾ ਕਿ ਜਿੱਦਾਂ ਇਹ ਵਾਲਾ ਪਹਿਲੀ ਕਿਸਮ ਜਿਹੜੀ ਸੀਗੀ ਉਹ ਗੁਲਾਈ ਦੇ ਵਿੱਚ ਸੀ, ਔਰ ਇਹ ਸਿਰੇ ਤੋਂ ਤਿੱਖਾ। ਦੂਸਰਾ ਫੁੱਲਾਂ ਦੇ ਵਿੱਚ ਤੁਸੀਂ ਦੇਖੋਗੇ ਆਹ ਜਿਹੜਾ ਪਹਿਲੀ ਕਿਸਮ ਦਿਖਾਈ ਸੀ ਉਹ ਸੀ, ਇਹਦੇ ਵਿੱਚ ਸਫੇਦ ਕਲਰ ਜ਼ਿਆਦਾ ਡੋਮੀਨੇਟ ਕਰਦਾ, ਔਰ ਜੇ ਇਹਦਾ ਇਸਰਾ ਇਹਦਾ ਫੁੱਲ ਦੇਖੋਗੇ ਤੁਸੀਂ ਤਾਂ ਇਹਦੇ ਸੈਂਟਰ ਦੇ ਵਿੱਚ ਪੀਲਾ ਰੰਗ ਜ਼ਿਆਦਾ ਡੋਮੀਨੇਟ ਕਰਦਾ, ਇਹਦੇ ਵਿੱਚ ਉਹਦੇ ਨਾਲੋਂ ਹਲਕੀ ਜਿਹੀ ਫਰੈਗਰੈਂਸ ਜ਼ਿਆਦਾ ਪਾਈ ਜਾਂਦੀ ਆ। ਤਾਂ ਇਹ ਵਾਲਾ ਰੁੱਖ ਹੈ ਇਹ ਸਰਦੀਆਂ ਦੇ ਵਿੱਚ ਪੱਤੇ ਝਾੜ ਦਿੰਦਾ। ਦੇਖੋ ਜੇ ਤਾਂ ਸਾਨੂੰ ਹਮੇਸ਼ਾ ਜੇ ਸਾਨੂੰ ਧੁੱਪ ਦੀ ਸਮੱਸਿਆ ਨਹੀਂ ਹੈਗੀ, ਜੇ ਸਾਡੇ ਜੇ ਅਸੀਂ ਮੰਨ ਲਓ ਕਿ ਦੱਖਣ ਵਾਲੇ ਪਾਸੇ ਬੂਟੇ ਲਾਉਣੇ ਆ, ਤਾਂ ਜਿੱਥੇ ਸਾਨੂੰ ਇਹ ਆ ਕਿ ਸਰਦੀਆਂ ਦੇ ਵਿੱਚ ਧੁੱਪ ਰਵੇ ਅਤੇ ਗਰਮੀਆਂ ਦੇ ਵਿੱਚ ਛਾਂ ਰਵੇ, ਤਾਂ ਉੱਥੇ ਜਿਹੜਾ ਹੈਗਾ ਪਗੋਡਾ ਦੀ ਜਿਹੜੀ ਇਹ ਕਿਸਮ ਹੈ ਇਹ ਬੈਸਟ ਆ, ਕਿਉਂਕਿ ਇਹਨੇ ਸਰਦੀਆਂ 'ਚ ਪੱਤੇ ਝਾੜ ਦੇਣੇ ਆ ਅਤੇ ਤੁਸੀਂ ਜਿਹੜੀ ਲੋਕੇਸ਼ਨ 'ਤੇ ਇਹਨੂੰ ਲਾਓਗੇ ਤਾਂ ਉੱਥੇ ਜਿਹੜਾ ਹੈਗਾ ਧੁੱਪ ਦੀ ਆਮਦ ਸਿੱਧੀ ਰਹੂ। ਗਰਮੀਆਂ ਦੇ ਵਿੱਚ ਜਿਵੇਂ ਹੁਣ ਤੁਸੀਂ ਦੇਖ ਹੀ ਰਹੋ ਪੂਰਾ ਹਰਿਆ ਭਰਿਆ ਇਹ ਛਾਂ ਵੀ ਕਰਦਾ। ਔਰ ਇੱਕ ਗੱਲ ਆਪ ਸਭ ਦੋਸਤਾਂ ਨਾਲ ਇਹ ਸ਼ੇਅਰ ਕਰਨੀ ਚਾਹੂੰਗਾ, ਜੇ ਤੁਹਾਡੇ ਗਾਰਡਨ ਦਾ ਏਰੀਆ ਜ਼ਿਆਦਾ ਹੋਵੇ ਤਾਂ ਉਹਦੀ ਜਿਹੜੀ ਹੈਗੀ ਆ ਪਹਿਲਾਂ ਪਲਾਂਟਸ ਲਾਉਣ ਤੋਂ ਪਹਿਲਾਂ ਜਿਹੜੀ ਪਲਾਨਿੰਗ ਜ਼ਰੂਰ ਕਰ ਲੈਣੀ ਚਾਹੀਦੀ, ਔਨ ਪੇਪਰ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿ ਸਾਨੂੰ ਕਿੰਨੇ ਟ੍ਰੀਜ਼ ਲੱਗ ਰਹੇ ਆ। ਕਈ ਲੋਕ ਜਿਹੜੇ ਹੈਗੇ ਆ ਬੜੇ ਜਿੱਦਾਂ ਟ੍ਰੀ ਲੈ ਕੇ ਆਉਂਦੇ, ਨੰਬਰ ਆਫ ਟ੍ਰੀ ਜ਼ਿਆਦਾ ਲੈ ਆਉਂਦੇ ਆ ਅਤੇ ਪਲਾਂਟ ਟੂ ਪਲਾਂਟ ਡਿਸਟੈਂਸ ਬਹੁਤ ਘਟਾ ਦਿੰਦੇ ਆ, ਲੋਕ 6-6 ਫੁੱਟ 8-8 ਫੁੱਟ 'ਤੇ ਬੂਟਾ ਲਾ ਦਿੰਦੇ ਆ। ਕਹਿਣ ਦਾ ਭਾਵ ਜਦੋਂ ਅਸੀਂ ਗਾਰਡਨ ਡਿਜ਼ਾਈਨ ਕਰਨਾ ਜਾਂ ਅਸੀਂ ਸੋਸ਼ਲੀ ਵੀ ਪਲਾਂਟੇਸ਼ਨ ਕਰਨੀ ਹੈ ਤਾਂ ਸਾਨੂੰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਕਿਹੜਾ ਬੂਟਾ ਸਦਾ ਬਹਾਰ ਆ ਅਤੇ ਕਿਹੜਾ ਪੱਤਝੜੀ ਆ। ਅਤੇ ਤੀਸਰਾ ਜਿਹਦੇ ਕੋਲ ਆਪਾਂ ਹੁਣ ਆਏ ਪਹੁੰਚੇ ਹਾਂ, ਤਾਂ ਇਹਦਾ ਜਿਹੜਾ ਪੱਤਾ ਤੁਸੀਂ ਦੇਖੋਗੇ ਤਾਂ ਪੱਤਾ ਤਾਂ ਬਿਲਕੁਲ ਉਹਦੇ ਵਾਂਗੂ ਹੀ ਆ, ਤਿੱਖਾ ਹੈਗਾ, ਔਰ ਇਹਦਾ ਫੁੱਲ ਜਿਹੜਾ ਹੈਗਾ ਉਹ ਰੈੱਡ ਕਲਰ ਦਾ। ਤਾਂ ਰੈੱਡ ਕਲਰ ਜਿਹੜਾ ਹੈਗਾ ਤੁਹਾਨੂੰ ਪਤਾ ਕਲਰ ਸਾਨੂੰ ਅਟਰੈਕਟ ਕਰਦੇ ਆ, ਜਾਂ ਗਾਰਡਨ ਦੇ ਵਿੱਚ ਜੇ ਜਿੱਥੇ ਸਾਡੇ ਕੋਲ ਵੱਡਾ ਏਰੀਆ ਹੈਗਾ ਤਾਂ ਉੱਥੇ ਕਲਰ ਦੀ ਵੇਰੀਏਸ਼ਨ ਜਿਹੜੀ ਹੈਗੀ ਸਾਨੂੰ ਜ਼ਰੂਰ ਲੈ ਕੇ ਆਉਣੀ ਚਾਹੀਦੀ ਆ। ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਪਲਮੇਰੀਆ ਰੂਬਰਾ ਹੈਗਾ ਜਿਹੜਾ ਰੈੱਡ ਕਲਰ ਦੇ ਫੁੱਲਾਂ ਵਾਲਾ ਜਿਹਦੀ ਕਿਸਮ ਜਿਹਦੇ ਮੈਂ ਰੁੱਖ ਥੱਲੇ ਖੜ੍ਹਾ ਹੋਇਆ, ਤਾਂ ਇਹ ਵੀ ਪੱਤਝੜੀ ਰੁੱਖ ਹੈ, ਇਹ ਵੀ ਸਰਦੀਆਂ 'ਚ ਪੱਤੇ ਝਾੜ ਦਿੰਦਾ। ਔਰ ਇਹਨਾਂ ਰੁੱਖਾਂ ਬਾਰੇ ਜਿਹੜੀ ਇੱਕ ਮੈਂ ਅਹਿਮ ਚੀਜ਼ ਹੋਰ ਦੱਸਣਾ ਚਾਹੂੰਗਾ, ਅਸੀਂ ਇਹਨਾਂ ਨੂੰ ਜ਼ਮੀਨ 'ਚ ਤਾਂ ਲਾ ਹੀ ਸਕਦੇ ਹਾਂ, ਇਹਦੇ ਨਾਲ ਨਾਲ ਅਸੀਂ ਇਹਨਾਂ ਨੂੰ ਪੋਟ 'ਚ ਵੀ ਲਗਾ ਸਕਦੇ ਹਾਂ। ਅਸੀਂ ਇਹਨਾਂ ਨੂੰ ਜਿੱਦਾਂ ਹੁਣ ਇਹ ਐਡਾ ਵੱਡਾ ਟ੍ਰੀ ਆ, ਜੇ ਅਸੀਂ ਇਸੇ ਚੀਜ਼ ਨੂੰ ਜਿਹੜਾ ਹੈਗਾ ਈਵਨ ਹੁਣ ਤਾਂ ਹਾਈਬ੍ਰਿਡਸ ਆ ਗਏ ਜਿਹੜੇ ਛੋਟੇ ਗਮਲਿਆਂ 'ਚ ਵੀ ਲੱਗ ਜਾਂਦੇ ਆ, ਅਤੇ ਨਹੀਂ ਜੇ ਅਸੀਂ ਵੱਡਾ ਟ੍ਰੀ ਵੀ ਲਾਉਣਾ ਹੋਵੇ ਤਾਂ ਜਿਹੜਾ 3 ਫੁੱਟ ਦਾ ਗਮਲਾ ਹੈਗਾ 3x3 ਦਾ, ਉਹਨੂੰ ਅਸੀਂ ਕੋਠੇ 'ਤੇ ਰੱਖ ਕੇ ਲਾ ਸਕਦੇ ਹਾਂ ਜੇ ਸਾਡੇ ਕੋਲ ਜਗ੍ਹਾ ਨਹੀਂ ਹੈਗੀ, ਜਾਂ ਜੇ ਅਸੀਂ ਕੋਠੇ 'ਤੇ ਨਹੀਂ ਰੱਖਣਾ, ਟੈਰਿਸ 'ਤੇ ਨਹੀਂ ਰੱਖਣਾ, ਤਾਂ ਘਰ ਦੇ ਬਾਹਰ ਜੇ ਜਗ੍ਹਾ ਹੈਗੀ ਆ ਅਸੀਂ ਉੱਥੇ ਲਾ ਕੇ ਰੱਖ ਸਕਦੇ ਹਾਂ। ਔਰ ਇਹਨਾਂ ਬੂਟਿਆਂ ਨੂੰ ਤਿਆਰ ਕਰਨਾ ਕੁਦਰਤ ਨੇ ਇਹਨਾਂ ਦੇ ਵਿੱਚ ਇੰਨੀ ਵਧੀਆ ਜਿਹੜੀ ਚੀਜ਼ ਦਿੱਤੀ ਹੈ ਸਾਨੂੰ ਕਿ ਇਹਦੀ ਜਿਹੜੀ ਟਾਹਣੀ ਆ, ਟਾਹਣੀ ਕੱਟੋ ਸਹੀ ਟਾਈਮ ਦੇ ਵਿੱਚ, ਤੁਸੀਂ ਉਹਨੂੰ ਜਿਹੜਾ ਐਪਰੋਪ੍ਰੀਏਟ ਟਾਈਮ 'ਤੇ ਜਿੱਦਾਂ ਹੁਣ ਬਰਸਾਤ ਰੋਤਾ, ਤਾਂ ਇਹਨੂੰ ਤੁਸੀਂ ਗਮਲੇ 'ਚ ਲਾ ਦਿਉ, ਜ਼ਮੀਨ 'ਚ ਲਾ ਦਿਉ, ਉੱਥੋਂ ਬੂਟਾ ਉੱਗਿਆ ਤੋਂ। ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹਦੇ 'ਚ ਮਹਿਕਾਂ ਵੀ ਨੇ, ਇਹਨਾਂ 'ਚ ਛਾਂ ਵੀ ਆ, ਇਹਨਾਂ 'ਚ ਰੰਗ ਵੀ ਆ, ਸੋ ਜੇ ਜਿਹੜੇ ਵੀ ਸੱਜਣ ਬੇਲੀ ਇਸ ਜਿਹੜਾ ਰੁੱਤ ਦੇ ਦੌਰਾਨ ਮੌਸਮ ਦੇ ਦੌਰਾਨ ਇਹਨਾਂ ਰੁੱਖਾਂ ਬੂਟਿਆਂ ਨੂੰ ਵਧਣਾ
ਵਧਾਉਣਾ ਚਾਹੁੰਦੇ ਆ, ਧਰਤੀ ਨੂੰ ਗ੍ਰੀਨ ਕਰਨਾ ਚਾਹੁੰਦੇ ਆ। ਸਾਡੇ ਗੁਰੂ ਸਾਹਿਬ ਨੇ ਵੀ ਕਿਹਾ ਸੀ ਕਿ ਸਾਹ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਹੈ। ਖਾਸ ਕਰਕੇ ਸਾਡੇ ਜਿਹੜੇ ਧਾਰਮਿਕ ਸਥਾਨ ਨੇ, ਇਹਨਾਂ ਨੂੰ ਅਸੀਂ ਆਪਣੀਆਂ ਬਗੀਚੀਆਂ ਦਾ ਸ਼ਿੰਗਾਰ ਬਣਾ ਸਕਦੇ ਹਾਂ, ਅਸੀਂ ਸਾਂਝੀਆਂ ਥਾਵਾਂ 'ਤੇ ਲਾ ਸਕਦੇ ਹਾਂ, ਅਸੀਂ ਰੋਡ ਸਾਈਡ ਲਾ ਸਕਦੇ ਹਾਂ। ਸੋ ਇਹ ਬੜੇ ਬਿਹਤਰੀਨ ਰੁੱਖਾਂ 'ਚੋਂ ਇੱਕ ਰੁੱਖ ਹੈ ਜਿਹਦੀ ਆਪਾਂ ਅੱਜ ਗੱਲ ਕੀਤੀ। ਸੋ ਫਿਰ ਕਿਸੇ ਦਿਨ ਫਿਰ ਕਿਸੇ ਹੋਰ ਰੁੱਖ ਦੀ ਗੱਲ ਕਰਾਂਗੇ। ਤਦ ਤੱਕ ਲਈ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਵੰਨ ਸੁਵੰਨੇ ਫੁੱਲ ਬੂਟੇ ਫੁਲਾਉਂਦੇ ਰਹੋ ਅਤੇ ਪਹਿਲਾਂ ਲੱਗਿਆਂ ਨੂੰ ਬਚਾਉਂਦੇ ਰਹੋ। ਧੰਨਵਾਦ, ਰੱਬ ਰਾਖਾ।